सारा गड़ी जिथे सिख फौज सी लड़ी लखा अफगाना अगे कली खड़ी सारा गड़ी जिथे सिख फौज सी लड़ी लखा अफगाना अगे कली खड़ी लैके आसरा तेरा भाजा वारिया लैके आसरा तेरा भाजा वारिया जिड़ी अज बाज ना लड़े इक्की सिंह लखा गोड़िया दे नाल भी बैरी को जाने ना हरे इक्की सिंह लखा गोड़िया दे नाल भी बैरी को जाने ना हरे अज खालसे दा वखरा जलाल वेख के आया गड़ी विच पुरख अकाल वेख के अज खालसे दा वखरा जलाल वेख के आया गड़ी विच पुरख अकाल वेख के सवा लख नाल इक नू लड़ाउण लई सवा लख नाल इक नू लड़ाउण लई सिंह ईश्वर कमांड रेजिमेंट दी करे इक्की सिंह लखा गोलियां दे नाल भी वैरी कोलों जाण ना हरे सिंह लखा गोलियां दे नाल भी वैरी कोल जाण ना हरे छड दो मैदान गोरा तर ले करे वैरी तो ना गुरु जी ना खालसा डरे सिंह लखा गोलियां दे नाल भी वैरी कोलों जाण ना हरे इक्की सिंह लखा गोलियां दे नाल भी वैरी कोलों जाण ना हरे अंत अफगाना ने सिकेरा पा लिया अग ला के गड़ी काफला बुला लिया अफगाना ने सी घेरा पा लिया अग ला के घड़ी काफला बुला लिया अंत वेख सिंघा ने जी छड़ी अज करा ले सोने अंत वेख सिंघा ने जी छड़ी अज करा मुख गुरु वल करके शहीद ने खड़े सिंह लखा गोड़ियां दे नाल भी वैरी कोलों जाण ना हरे इक्की सिंह लखा गोड़ियां दे नाल भी वैरी कोलों जाण ना हरे एक सौ इक्की इक्कीवें सारागढ़ी डे दे उपलक्ष्य ते मैं गोल्डन एरो डिवीजन अते सारागढ़ी गुरुद्वारा मैनेजमेंट कमेटी वालों हिज एक्सलेंसी ऑनरेबल चीफ मिनिस्टर पंजाब कैप्टन अमरिंदर सिंह जी नू अते इस सभा विच मौजूद गेस्ट का जी आया करना हाँ मैं चीफ मिनिस्टर साहब का बहुत धन्यवादी हाँ कि उन्होंने अपने कीमती समय तो टाइम कट के इस फंक्शन विच मौजूद होना जरूरी समझे अज दे ही दिन 1897 विच 36 सिख बटालियन दे बहादुर और निडर जवाना ने 10,000 अफगानी अफरीदिया नाल लोहा लिया सी ए जवान एक बहुत ही अहमियत वाले कम्युनिकेशन पोस्ट ते तैनात सी जो के समाना रिज दे डिफेंस दी एक मजबूत कड़ी सी इन बहादुर जवाना ने अफगानिया दा पूरी बहादुरी नाल मुकाबला कीता अते भारी जानी नुकसान पहुंचाया अखीर विच शेरां दे वर्गों लड़दे होए वो सारे के सारे वीर गति नूं प्राप्त होए इन्हां जवानां दी बहादुरी देखदे हुए उस समय दे सब तो वड्डे अवार्ड इंडियन ऑर्डर ऑफ मेरिट नाल इन सारिआं नूं सम्मानित कीता गया आज तक इतिहास विच पहली बार
ਇਦਾਂ ਹੋਇਆ ਹੈ। ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਆਨਰੇਬਲ ਚੀਫ ਮਿਨਿਸਟਰ ਸਾਹਿਬ ਪਹਿਲਾਂ ਆਰਮੀ ਦੇ ਵਿੱਚ ਸੈਕਿੰਡ ਸਿੱਖ ਬਟਾਲੀਅਨ ਵਿੱਚ ਸਰਵਿਸ ਕਰ ਚੁੱਕੇ ਹਨ। ਇਹਦੇ ਇਲਾਵਾ ਉਹਨਾਂ ਨੇ ਕੰਟੈਂਪਰਰੀ ਮਿਲਟਰੀ ਹਿਸਟਰੀ ਅਤੇ ਪੰਜਾਬ ਹਿਸਟਰੀ ਬਾਰੇ ਕਾਫੀ ਕਿਤਾਬਾਂ ਵੀ ਲਿਖੀਆਂ ਨੇ। ਇਸੀ ਕੜੀ ਵਿੱਚ ਉਹਨਾਂ ਨੇ ਪਿਛਲੇ ਸਾਲ ਇੱਕ ਹੋਰ ਕਿਤਾਬ ਲਿਖੀ ਸੀ ਜਿਹਦਾ ਟਾਈਟਲ ਸੀ ਸਾਰਾਗੜੀ ਐਂਡ ਦੀ ਡਿਫੈਂਸ ਆਫ ਦੀ ਸਮਾਨਾ ਫੋਰਟ। ਇਸ ਕਿਤਾਬ ਵਿੱਚ ਉਹਨਾਂ ਨੇ ਇਸ ਲੜਾਈ ਦੇ ਬਾਰੇ ਗਹਿਰਾਈ ਨਾਲ ਜਾਣਕਾਰੀ ਦਿੱਤੀ ਹੈ। ਪੰਜਾਬ ਗਵਰਨਮੈਂਟ ਨੇ ਸਾਰਾਗੜੀ ਗੁਰਦੁਆਰੇ ਦੇ ਵਧੀਆ ਰੱਖ ਰਖਾਓ ਲਈ ਪਿਛਲੇ ਸਾਲ ਸਾਰਾਗੜੀ ਮੈਮੋਰੀਅਲ ਟਰੱਸਟ ਦਾ ਗਠਨ ਕਰਕੇ ਇਹ ਜ਼ਿੰਮੇਵਾਰੀ ਫੌਜ ਦੇ ਸਪੁਰਤ ਕੀਤੀ ਹੈ। ਮੈਂ ਆਨਰੇਬਲ ਚੀਫ ਮਿਨਿਸਟਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਸ ਜ਼ਿੰਮੇਵਾਰੀ ਵਾਸਤੇ ਕਾਬਿਲ ਸਮਝਿਆ ਹੈ। ਮੈਂ ਉਹਨਾਂ ਨੂੰ ਯਕੀਨ ਦਿਲਾਉਣਾ ਚਾਹੁੰਦਾ ਹੈ ਕਿ ਆਰਮੀ ਇਸ ਗੁਰਦੁਆਰੇ ਦੀ ਦੇਖ ਰੇਖ ਚੰਗੇ ਤਰੀਕੇ ਨਾਲ ਕਰ ਰਹੀ ਹੈ ਔਰ ਅੱਗੇ ਵੀ ਕਰਦੀ ਰਹੇਗੀ। ਹੁਣ ਮੈਂ ਆਨਰੇਬਲ ਚੀਫ ਮਿਨਿਸਟਰ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਹ ਇਸ ਸਭਾ ਪਰਿਵਾਰ ਦੇ ਮੈਂਬਰ ਜਿਹੜਾ ਸਮਾਗਮ ਅਸੀਂ ਹਰ ਸਾਲ ਮਨਾਉਂਦੇ ਹਾਂ, ਇੱਕ ਬਹਾਦਰੀ ਦਾ ਵਾਕਾ ਜਿਹੜਾ ਹੁਣ ਸਿੱਖ ਰੈਜੀਮੈਂਟ ਦਾ ਜਿੰਨੀਆਂ ਵੀ ਪਲਟਣਾਂ ਨੇ ਉਹਨਾਂ ਦਾ ਬੈਟਲ ਓਨਰ ਸਾਰਾਗੜੀ ਸਾਡੀ ਮਨਾਉਂਦੇ ਹਾਂ। ਚਾਹੇ 36 ਸਿੱਖ ਦਾ ਜੰਗ ਸੀ ਪਰ ਇੰਨਾ ਬਹਾਦਰ ਜੰਗ ਸੀ, ਇੰਨੇ ਬਹਾਦਰ ਸਿੰਘ ਸੀ ਕਿ ਸਾਰੀ ਰੈਜੀਮੈਂਟ ਹੀ ਉਸਨੂੰ ਆਪਣੇ ਇਸ ਜੰਗ ਨੂੰ ਅਪਣਾ ਲਿਆ ਉਹਨਾਂ ਨੇ। ਇੱਕ ਜੈਸੇ ਜਨਰਲ ਸਾਹਿਬ ਨੇ ਤੁਹਾਨੂੰ ਦੱਸਿਆ ਹੈ, ਇੱਕ ਛੋਟੀ ਜਿਹੀ ਟੁਕੜੀ ਇਹ ਪੇਸ਼ਾਵਰ ਔਰ ਕੋਹਾਟ ਤੋਂ ਅੱਗੇ ਦੋ ਸਮਾਨਾ ਇੱਕ ਰਿਜ ਜਾਂਦੀ ਹੈ, ਇੱਕ ਉਹ ਤੋਂ ਖੱਬੇ ਪਾਸੇ ਹੈ, ਲਾਈਨ ਆਫ ਕਮਿਊਨੀਕੇਸ਼ਨ ਵਿਕਤੀ ਜਾਂਦੀ ਸੀ ਸੈਂਟਰ 'ਚੋਂ ਔਰ ਜ਼ਰੂਰੀ ਸੀ ਕਿ ਦੋਨੋਂ ਪਾਸਿਓਂ ਉਹਦੀ ਹਿਫਾਜ਼ਤ ਕੀਤੀ ਜਾਵੇ। ਇਹ ਅੱਗੇ ਜਾ ਕੇ ਚੰਗਰੂ ਕੋਟਲ ਪਾਸ ਨੂੰ ਕਰੋਸ ਕਰਕੇ ਫਿਰ ਅਫਰੀਦੀਆਂ ਦੇ ਗੜ੍ਹ ਦੇ ਵਿੱਚ ਪਹੁੰਚਦੀ ਸੀ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ ਸੀ। ਔਰ ਉਸ ਜਿਹੜੀ ਵੀ ਇਹਨਾਂ ਦੀ ਸਕੀਮ ਸੀ ਪਹੁੰਚਣ ਦੀ, ਉਹਨੂੰ ਕਾਮਯਾਬ ਕਰਨ ਲਈ 36 ਸਿੱਖ ਨੂੰ ਭੇਜਿਆ ਗਿਆ ਸੀ ਕਿ ਸੱਜੇ ਵਾਲਾ ਰਿਜ ਜੋ ਸਮਾਨਾ ਰਿਜ ਹੈ ਉਸਦੀ ਦੇਖਭਾਲ ਤੁਸੀਂ ਕਰਨੀ ਹੈ। ਦੋ ਕਿਲੇ ਸੀ ਉੱਥੇ, ਕੋਟਲਾਖਾਟ ਜ਼ਿਆਦਾ ਕੋਹਾਟ ਵੱਲ ਜਾਂ ਫੋਰਟ ਗੁਲਿਸਤਾਨ ਜੋ ਥੋੜ੍ਹਾ ਅੱਗੇ ਸੀ। ਬਟਾਲੀਅਨ ਹੈੱਡਕੁਆਰਟਰਸ ਕੋਟਲਾਖਾਟ ਵਿੱਚ ਸੀ, ਇੱਕ ਕੰਪਨੀ ਸੀ ਅੱਗੇ ਗੁਲਿਸਤਾਨ ਵਿੱਚ ਔਰ ਫਿਰ ਛੋਟੀ ਛੋਟੀ ਟੁਕੜੀਆਂ ਬਾਈ ਜਵਾਨਾਂ ਦੀਆਂ ਇੱਕ ਜੇਸੀਓ ਦੇ ਅਧੀਨ ਛੋਟੀ ਗੜੀਆਂ ਦੇ ਵਿੱਚ ਜਿਹੜੇ ਬਣਾਏ ਗਏ ਸੀ। ਉਸ ਜ਼ਮਾਨੇ 'ਚ ਗੜੀਆਂ ਰੱਖਦੇ ਸੀ ਕਿਉਂਕਿ ਸਨਾਈਪਰ ਬੜੇ ਐਕਟਿਵ ਹੁੰਦੇ ਸੀ ਔਰ ਇਹ ਜਿਹੜੇ ਅਫਰੀਦੀ ਸੀ ਔਰ ਓਰਕਜ਼ਾਈ ਸੀ ਇਹ ਬੜੇ ਇਹ ਸਨਾਈਪਿੰਗ 'ਚ ਕਾਮਯਾਬ ਰਹੇ ਨੇ ਅਤੇ ਉਹਨਾਂ ਨੂੰ ਉਸ ਵਾਸਤੇ ਗੜੀਆਂ ਬਣਾਈਆਂ ਗਈਆਂ ਸੀਆਂ ਔਰ ਉਹ ਰਾਹ ਦੇ ਨਾਲ ਨਾਲ ਇਹ ਗੜੀਆਂ ਰਹਿੰਦੀਆਂ ਸੀ ਔਰ ਲਾਈਆਂ ਗਈਆਂ ਸੀ। 1897 'ਚ ਅੱਜ ਦੇ ਦਿਹਾੜੇ 12 ਸਪਟੰਬਰ ਨੂੰ ਇੱਕ ਗੜੀ ਸੀ ਨੌਰਥ ਵੈਸਟ ਫਰੰਟੀਅਰ ਦੇ ਵਿੱਚ ਜਿੱਥੇ ਸਾਡੀ ਇੱਕ ਪਲਟੂਨ ਹਵਲਾ ਰਿਸ਼ਵ ਸਿੰਘ ਦੇ ਅਧੀਨ ਕਮਾਂਡ ਦੇ ਅਧੀਨ ਉੱਥੇ ਉਸ ਗੜੀ ਦੇ ਵਿੱਚ ਸੀ। ਉਹ ਕਮਿਊਨੀਕੇਸ਼ਨ ਪੋਸਟ ਸੀ ਜਿਹੜੇ ਦੋ ਕਿਲਿਆਂ ਦੇ ਦੀ ਕਮਿਊਨੀਕੇਸ਼ਨ ਰੱਖਦਾ ਸੀ, ਫੋਰਟ ਲੋਕਹਾਰਟ ਔਰ ਫੋਰਟ ਗੁਲਿਸਤਾਨ ਦਾ। ਔਰ ਇੱਥੇ ਇਹ ਅਫਰੀਦੀ ਔਰ ਓਰਕਜ਼ਾਈ ਦੋ ਉੱਧਰ ਦੇ ਬੰਦੇ ਨੇ ਜਿਹੜੇ ਟ੍ਰਾਈਬਸਮੈਨ ਨੇ ਜਿੱਥੇ ਅੱਜ ਵੀ ਪਾਕਿਸਤਾਨੀ ਫੌਜ ਉਹਨਾਂ ਨਾਲ ਉੱਥੇ ਲੜ ਰਹੀ ਹੈ। ਉਹਨਾਂ ਨੇ ਜਾ ਕੇ ਇਕੱਠੇ ਉਸ 'ਤੇ ਹਮਲਾ ਕੀਤਾ ਅਤੇ ਉਸ ਪਲਟੂਨ ਨੇ ਪੂਰੀ ਦਲੇਰੀ ਨਾਲ ਲੜੇ। ਉਹਨਾਂ ਨੂੰ ਔਫਰ ਵੀ ਹੋਈ ਸੀ ਕਿ ਤੁਸੀਂ ਆਪਣੇ ਹਥਿਆਰ ਰੱਖ ਦਿਓ, ਚਲੇ ਜਾਓ, ਅਸੀਂ ਕੁਛ ਨਹੀਂ ਕਰਾਂਗੇ। ਕਹਿੰਦੇ ਨੇ ਅਸੀਂ ਲੜਾਂਗੇ ਔਰ ਅਖੀਰਲੇ ਦਮ ਤੱਕ ਲੜਦੇ ਰਹੇ ਔਰ ਸਾਰੇ ਦੇ ਸਾਰੇ ਸ਼ਹੀਦ ਹੋਏ ਨੇ, ਬੜੀ ਬਹਾਦਰੀ ਨਾਲ ਸ਼ਹੀਦ ਹੋਏ ਨੇ। ਤਕਰੀਬਨ 600 ਦੇ ਕਰੀਬ ਅਫਰੀਦੀ ਜਿਹੜੇ ਸੀ ਉਹਨਾਂ ਦੀ ਲਾਸ਼ਾਂ ਬਾਅਦ 'ਚ ਮਿਲੀਆਂ ਔਰ ਇਹ ਸੀ ਸਾਡੇ 22 ਮੁੰਡੇ ਸਰ, ਉਹਨਾਂ ਦੀ ਯਾਦ ਹੈ ਸਰ ਇਹਨਾਂ ਦੀ। ਔਰ ਇੱਥੇ ਹੀ ਬਰਕੀ ਦਾ ਮੈਮੋਰੀਅਲ ਈ ਸੀ ਡਿਵੀਜ਼ਨ ਦਾ
65 ब्रिगेड का सी और मैं याद है उस दिन क्योंकि मैं उदों जनरल हरबख्श सिंह का ADC सी ते असी उस शाम नू अमृतसर तो चले 15 डेव नू मिले फिर 7 डेव नू फिर 4 डेव नू और असी कोर हेडक्वार्टर रहिया पहुँचे 3 बजे सवेरे वो दिन रात नू ये हमला होया सी एंड बड़ी बहादुरी नाल पलटन तो बड़ी खुशी की गल है कि एक बहादुर पलटन उन्हां दी दोनों जंगी निशान इधर इस सारागढ़ी इलाके दे विच है गए एक बरकी का भी और एक सारागढ़ी का भी मेमोरियल जो जनरल साहब ने मैंने दसे बनाने लगे ने इतने जो पंजाब गवर्नमेंट इस वास्ते कर सकती असीं हर वेले हाजिर हैं। सिर्फ यही नहीं इस पलटन ने चीन की लड़ाई च वालोंग सैक्टर दे विच एक मेरे साढ़े स्कूल के दोस्त से याद सैक्टर